ਅਤੇ ਉੱਥੇ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਹੈ। ਉੱਥੇ ਮੈਂ ਪਹਿਲੀ ਫਾਈਟ ਦੇ ਵਿੱਚ 7.5 ਸਕੋਰ ਅਤੇ ਦੂਜੀ ਫਾਈਟ ਦੇ ਵਿੱਚ 6.5 ਸਕੋਰ ਨਾਲ ਜਿੱਤਿਆ ਹਾਂ। ਅਤੇ ਹਰਫਤਿਹ ਸਿੰਘ ਨੇ ਇੰਡੀਆ ਟੀਮ ਵੱਲੋਂ ਪਾਰਟੀਸਪੇਟ ਕੀਤਾ। ਤੋਚੇ ਨੇ ਕੈਡਿਟ ਗਰੁੱਪ ਦੇ ਵਿੱਚ -45 ਕੇ ਜੀ ਦੇ ਵਿੱਚ ਗੋਲਡ ਮੈਡਲ ਜਿੱਤਿਆ। ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਵਧੀਆ ਸਹੂਲਤ ਮਿਲਣੀ ਚਾਹੀਦੀ ਆ ਕਿ ਇਹ ਗਾੜੀ ਹੋਰ ਅੱਗੇ ਵਧਣ, ਪਰਿਵਾਰ ਨੂੰ ਵੀ ਪਤਾ ਲੱਗੇ ਕਿ ਸਾਡੇ ਬੱਚੇ ਜਿਹੜੇ ਆ ਉਹਨਾਂ ਨੂੰ ਸਰਕਾਰ ਕੁਛ ਨਾ ਕੁਛ ਦੇ ਰਹੀ ਹੈ। ਦੁਬਈ ਵਿਖੇ ਸ਼ੋਰਨ ਕਾਈ ਇੰਟਰਨੈਸ਼ਨਲ ਚੈਂਪੀਅਨਸ਼ਿਪ 2022 ਦੇ ਬੈਨਰ ਹੇਠ ਹੋਏ ਕਰਾਟੇ ਦੇ ਮੁਕਾਬਲਿਆਂ 'ਚ ਭਾਰਤ ਵੱਲੋਂ ਅੰਡਰ 14 'ਚ ਖੇਡ ਕੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਖਿਡਾਰੀ ਹਰਫਤਿਹ ਸਿੰਘ ਦਾ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਰਾਜਾ ਸਾਂਸੀ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੋਚ ਗੁਰਵੰਤ ਸਿੰਘ ਦਾ ਕੀ ਕਹਿਣਾ ਹੈ, ਆਓ ਸੁਣਦੇ ਹਾਂ। ਮੇਰਾ ਨਾਮ ਗੁਰਵੰਤ ਸਿੰਘ ਆ, ਮੈਂ ਨੈਸ਼ਨਲ ਕੋਚ ਆ ਪੰਜਾਬ ਸ਼ੋਤਕਨ ਕਰਾਟੇ ਔਰਗਨਾਈਜੇਸ਼ਨ ਦਾ। ਅਤੇ ਦੁਬਈ ਦੇ ਵਿੱਚ ਜਿਹੜਾ ਕੈਂਟ ਕਾਲਜ ਆ ਉੱਥੇ ਸ਼ੋਰਨ ਕਾਈ ਕੱਪ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਹੋਈ ਆ, ਜਿਹ 'ਚ ਕੋਈ 12-13 ਕੰਟਰੀਆਂ ਦੀਆਂ ਟੀਮਾਂ ਨੇ ਪਾਰਟੀਸਪੇਟ ਕੀਤਾ। ਅਤੇ ਹਰਫਤਿਹ ਸਿੰਘ ਨੇ ਇੰਡੀਆ ਟੀਮ ਵੱਲੋਂ ਪਾਰਟੀਸਪੇਟ ਕੀਤਾ। ਤੋਚੇ ਨੇ ਕੈਡਿਟ ਗਰੁੱਪ ਦੇ ਵਿੱਚ -45 ਕੇ ਜੀ ਦੇ ਵਿੱਚ ਗੋਲਡ ਮੈਡਲ ਜਿੱਤਿਆ ਔਰ ਅਸੀਂ ਬਹੁਤ ਖੁਸ਼ ਹਾਂ। ਔਰ ਫਤਿਹ ਬਹੁਤ ਵਧੀਆ ਐਕਸਪੀਰੀਅੰਸ ਰਿਹਾ, ਨਵੇਂ ਵਧੀਆ ਵੱਖਰੇ ਪਲੇਅਰਾਂ ਨਾਲ ਇਹਨੂੰ ਖੇਡਣ ਦਾ ਮੌਕਾ ਮਿਲਿਆ। ਅਤੇ ਮੈਂ ਇਹੀ ਕਹਿਣਾ ਚਾਹਾਂਗੀ, ਗੋਡ ਬਲੈਸ, ਥੈਂਕ ਯੂ। ਸਮੱਸਿਆ ਨਹੀਂ ਜੀ, ਕੋਈ ਸਮੱਸਿਆ ਨਹੀਂ ਆਈ, ਬਹੁਤ ਵਧੀਆ ਸਾਡਾ ਐਕਸਪੀਰੀਅੰਸ ਰਿਹਾ, ਸਾਡਾ ਰਹਿਣਾ ਖਾਣਾ ਵੀ ਬਹੁਤ ਮਜ਼ਾ ਆਇਆ ਸੀ ਘੁੰਮੇ। ਕਿੰਨੇ ਬੱਚੇ ਗਏ ਖੇਡਣ ਵਾਸਤੇ? ਇੰਡੀਆ ਦੇ ਵਿੱਚੋਂ 40 ਦੇ ਕਰੀਬ ਬੱਚੇ ਗਏ ਸੀ, ਦੂਸਰੀ ਉਹ ਬਾਕੀ ਦੂਸਰੀ ਸਟੇਟਾਂ ਦੇ ਉਹ ਅਲੱਗ ਅਲੱਗ ਫਲਾਈਟ ਚਲੇ ਗਏ, ਅਸੀਂ ਇੱਧਰ ਨੂੰ ਪੰਜਾਬ ਤੋਂ ਇਹੀ ਸੀਗੇ। ਤੁਸੀਂ ਇਸ ਸੰਬੰਧੀ ਕੋਈ ਪੰਜਾਬ ਸਰਕਾਰ ਤੋਂ ਮੰਗ ਕਰਦੇ ਜੇ ਵੀ ਇਹਨਾਂ ਦੇ ਬੱਚਿਆਂ ਦੇ ਇੱਦਾਂ ਭਵਿੱਖ ਵਾਸਤੇ ਇਹਨਾਂ ਨੂੰ ਵਧੀਆ ਖੇਡਣ ਵਾਸਤੇ ਕੋਈ ਜਿਹੜੀ ਚੀਜ਼ ਦੀ ਕਮੀ ਪੇਸ਼ੀ ਆ ਤੁਹਾਨੂੰ ਲੋੜ ਹੋਵੇ? ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਜਿਹੜੇ ਸਪੋਰਟਸ ਨਾਲ ਜੁੜੇ ਹੋਏ ਬੱਚੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਆ, ਸਕੋਲਰਸ਼ਿਪ ਲਾਉਣੀ ਚਾਹੀਦੀ ਆ, ਸਟੇਡੀਅਮ ਬਣਾਉਣੇ ਚਾਹੀਦੇ ਨੇ, ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ। ਮੈਂ ਹੀ ਪੰਜਾਬ ਸਰਕਾਰ ਤੋਂ ਮੰਗ ਕਰਦਾ ਜੀ। ਗੁਰਦਾਸਪੁਰ ਦੇ ਵਿਦਿਆਰਥੀ ਹਰਫਤਿਹ ਸਿੰਘ ਨੇ ਅੰਡਰ 14 ਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਸਮੇਤ ਦੇਸ਼ ਦਾ ਨਾਂ ਰੋਸ਼ਨ ਕੀਤਾ। ਸੋ ਜਦੋਂ ਵਿਦਿਆਰਥੀ ਹਰਫਤਿਹ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ, ਆਓ ਸੁਣਦੇ ਹਾਂ। ਮੇਰਾ ਨਾਮ ਹਰਫਤਿਹ ਸਿੰਘ ਹੈ, ਮੈਂ ਦੁਬਈ ਦੇ ਵਿੱਚ ਕੈਂਟ ਕਾਲਜ ਦੇ ਵਿੱਚ ਹੋ ਰਿਹਾ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਖੇਡ ਕੇ ਆਇਆ ਹਾਂ ਅਤੇ ਉੱਥੇ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਹੈ। ਉੱਥੇ ਮੈਂ ਪਹਿਲੀ ਫਾਈਟ ਦੇ ਵਿੱਚ 7.5 ਸਕੋਰ ਅਤੇ ਦੂਜੀ ਫਾਈਟ ਦੇ ਵਿੱਚ 6.5 ਸਕੋਰ ਨਾਲ ਜਿੱਤਿਆ ਹਾਂ। ਮੈਂ ਚਾਹੁੰਦੀ ਕਿ ਜਿਸ ਤਰ੍ਹਾਂ ਬੱਚੇ ਵਧੀਆ ਖੇਡਦੇ ਆ ਸਟੇਟ, ਇੰਟਰਨੈਸ਼ਨਲ, ਨੈਸ਼ਨਲ, ਇਹਨਾਂ ਨੂੰ ਹਰ ਕੁਝ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਵਧੀਆ ਸਹੂਲਤ ਮਿਲਣੀ ਚਾਹੀਦੀ ਆ ਕਿ ਇਹ ਗਾੜੀ ਹੋਰ ਅੱਗੇ ਵਧਣ ਅਤੇ ਨਾਲੇ ਪਰਿਵਾਰ ਨੂੰ ਵੀ ਪਤਾ ਲੱਗੇ ਕਿ ਸਾਡੇ ਬੱਚੇ ਜਿਹੜੇ ਆ ਉਹਨਾਂ ਨੂੰ ਸਰਕਾਰ ਕੁਛ ਨਾ ਕੁਛ ਦੇ ਰਹੀ ਆ, ਜਿੱਦਾਂ ਮਤਲਬ ਸਕੋਲਰਸ਼ਿਪ ਦੇਣ, ਮਤਲਬ ਕਿ ਸਕੂਲ ਦੀਆਂ ਵਧੀਆ ਐਜੂਕੇਸ਼ਨ ਦੇਣ ਬਾਹਰ ਇਹਨਾਂ ਨੂੰ। ਜਿਸ ਤਰ੍ਹਾਂ ਇਹਨਾਂ ਨੇ ਹੁਣ ਇਹਦਾ ਬਾਅਦ ਵਿੱਚ ਹੁਣ ਦੁਬਈ ਤੋਂ ਹੀ ਮਲੇਸ਼ੀਆ ਜਾ ਰਹੇ ਆ, ਇਹਦੇ ਵਾਸਤੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਬੱਚੇ ਇੱਕ ਵਾਰੀ ਖੇਡਾ ਇੰਟਰਨੈਸ਼ਨਲ ਉਹਨਾਂ ਨੂੰ ਕੁਛ ਨਾ ਕੁਛ ਦੇਣਾ ਚਾਹੀਦਾ ਕਿ ਉਹ ਅੱਗੇ ਅੱਗੇ ਵੀ ਕੰਟਰੀਆਂ ਦੇ ਵਿੱਚ ਖੇਡਣ, ਅਤੇ ਮੈਂ ਸਰਕਾਰ ਕੋਲੋਂ ਮੰਗ ਕਰਦੀ ਹਾਂ। ਤੁਸੀਂ ਇਹ ਮੰਗ ਕਰਦੇ ਜੀ ਜਿਸ ਤਰ੍ਹਾਂ ਬੱਚੇ ਖੇਡ ਰਹੇ ਨੇ ਜਦੋਂ ਖੇਡਣ ਜਾਂਦੇ ਨੇ ਇਹਨਾਂ ਦਾ ਖਰਚਾ ਸਰਕਾਰ ਚੁੱਕੇ? ਹਾਂਜੀ ਹਾਂਜੀ, ਮੈਂ ਕਰਦੀ ਹਾਂ ਵੀ ਸਰਕਾਰ ਇਹਨਾਂ ਦਾ ਖਰਚਾ ਚੁੱਕੇ, ਮਤਲਬ ਸਾਰਾ ਸਰਕਾਰ ਖਰਚਾ ਚੁੱਕੇ, ਐਜੂਕੇਸ਼ਨ ਦਾ ਵੀ ਚੁੱਕੇ। ਅਤੇ ਬਾਹਰ ਦੀਆਂ ਸਟੇਟਾਂ ਨੇ, ਵੇਖੋ ਜੀ ਬਾਹਰ ਦੀਆਂ ਸਟੇਟਾਂ ਸਾਰਾ ਕੁਛ ਕਰਨ ਡੀਆਂ ਬੱਚਿਆਂ ਵਾਸਤੇ, ਸਰਕਾਰੀ ਐਜੂਕੇਸ਼ਨ ਦੇ ਰਹੀਆਂ ਉਹਨਾਂ ਨੂੰ, ਉਹ ਫੋਰਨ ਜਾਂਦੇ ਅਤੇ ਫ੍ਰੀ ਖੱਡਣ ਜਾਂਦੇ ਆ। ਅਤੇ ਸਾਡੀ ਸਰਕਾਰ ਕੋਲੋਂ ਮੰਗ ਕਰਦੀ ਹਾਂ ਕਿ ਸਾਡੇ ਬੱਚਿਆਂ ਨੂੰ ਵੀ ਇਹ ਦਿੱਤੀ ਜਾਣੀ ਚਾਹੀਦੀ ਸਹੂਲਤ ਕਿ ਇਹ ਵੀ ਗਾੜੀ ਅੱਗੇ ਖੇਡਣ ਜਾਣ। ਏਵਨ ਮੀਡੀਆ ਲਈ ਖੰਨਾ ਤੋਂ ਕੁਸਮ ਸ਼ਰਮਾ ਦੀ ਖਾਸ ਰਿਪੋਰਟ।